एक वड्डा ब्लैकमेलर आ, ये ब्लैकमेलिंग करके ही इकट्ठा होया वा। 2000 रुपया दे के वोट खरीद रहे ने। मैं तो अपने महल की सेवा करने वास्ते लड़ांगा, पर इन्होंने राती मेरे ते हमला करता। उस टाइम साडा रिकॉर्ड चैक किया जाए कि साड़ी अज तक साढ़े ते कहड़ा परचा होया पुराने 50 सालों च, जां असीं अज तक बटाले च किहदे नाल लड़े हाँ। प्राइम ਉਹ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਨਗਰ ਨਿਗਮ ਦੀਆਂ ਚੋਣਾਂ ਦਾ ਡੰਕਾ ਵੱਜ ਚੁੱਕਾ ਹੈ, ਸਾਰੇ ਪਾਸੇ ਜ਼ੋਰਾਂ ਸ਼ੋਰਾਂ ਨਾਲ ਕੰਪੇਨਿੰਗ ਹੋ ਰਹੀ ਹੈ, ਆਪਣੇ ਵੋਟਰਾਂ ਨੂੰ ਭਰਮਾਇਆ ਜਾ ਰਿਹਾ, ਅਤੇ ਲੜਾਈ ਝਗੜੇ ਵੀ ਆਮ ਗੱਲ ਹੈ। ਚੋਣਾਂ ਵਿੱਚ ਲੜਾਈ ਝਗੜੇ ਹੁੰਦੇ ਰਹਿੰਦੇ, ਕਿਤੇ ਗੋਲੀਆਂ ਚੱਲਦੀਆਂ, ਕਿਤੇ ਕੁਝ ਹੁੰਦਾ, ਕਿਤੇ ਲੜਾਈ ਝਗੜਾ ਹੁੰਦਾ, ਇਹ ਤਾਂ ਆਮ ਦੇਖਣ ਨੂੰ ਮਿਲਿਆ। ਲੇਕਿਨ ਇੱਕ ਤਾਜ਼ਾ ਮਸਲਾ ਸਾਹਮਣੇ ਆਇਆ, ਇੱਕ ਵਾਰਡ ਨੰਬਰ 29 ਚੋਂ ਇੱਕ ਆਜ਼ਾਦ ਉਮੀਦਵਾਰ 'ਤੇ ਕਿਸੇ ਕਾਂਗਰਸੀ ਉਮੀਦਵਾਰ ਵੱਲੋਂ ਹਮਲਾ ਕੀਤਾ ਜਾਂਦਾ ਹੈ। ਕੀ ਇਹ ਸਾਰੀ ਗੱਲਬਾਤ, ਹਮਲਾ ਕਿਉਂ ਕੀਤਾ ਗਿਆ, ਉਹ ਪੁੱਛਦੇ ਹਾਂ ਵਾਰਡ ਨੰਬਰ 29 ਦੇ ਉਮੀਦਵਾਰ ਤੋਂ। ਭਾਅ ਜੀ, ਮੇਰਾ ਨਾਮ ਵਿਕਾਸ ਅਗਰਵਾਲ, ਮੇਰੀ ਪਤਨੀ ਸ਼ਿਲਪੀ ਅਗਰਵਾਲ, ਜੋ ਕਿ ਵਾਰਡ ਨੰਬਰ 29 ਵਿੱਚੋਂ ਆਜ਼ਾਦ ਚੋਣ ਲੜ ਰਹੇ ਨੇ, ਅਤੇ ਸਾਡਾ ਚੋਣ ਨਿਸ਼ਾਨ ਹੈ ਸਿਲਾਈ ਮਸ਼ੀਨ। ਸਾਡੇ ਅਸੀਂ ਰਾਤੀ 11 ਵਜੇ ਦੇ ਵਿੱਚ ਕੰਪੈਨਿੰਗ ਦੇ ਉੱਤੇ ਨਾ ਵਾਪਸੀ ਆ ਰਹੇ ਸੀ, ਅਤੇ ਦੇਖਿਆ ਕਿ ਉਹ ਮੁਹੱਲਾ ਖੰਡਾ ਖੋਲਾ ਦੇ ਵਿੱਚ ਨਾ ਕਈ ਜਣੇ ਇੱਥੇ ਕਾਫੀ ਜਣੇ ਖੜੇ ਸੀ, ਕਾਫੀ ਭਾਰੀ ਤਾਦਾਦ ਵਿੱਚ, ਅਤੇ ਉੱਥੇ ਮੈਂ ਉਹਨਾਂ ਕੋਲ ਜਾ ਕੇ ਪੁੱਛਿਆ ਕਿ ਕੀ ਕਾਰਨ ਹੈ ਵੀ ਇੱਥੇ ਇੰਨੇ ਜਣੇ ਪਬਲਿਕ ਕਿਉਂ ਖੜੀ ਹੋਈ ਹੈ। ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਇੱਥੇ ਜੀ ਕਾਂਗਰਸ ਪਾਰਟੀ ਵੱਲੋਂ ਜਿਹੜੇ ਕਿ ਅਨੀਸ਼ ਅਗਰਵਾਲ ਨੇ, ਜਿਨ੍ਹਾਂ ਦੀ ਕਿ ਵਾਈਫ ਅਨੂ ਅਗਰਵਾਲ ਕਾਂਗਰਸ ਵੱਲੋਂ ਖੜੇ ਹੋਏ ਨੇ, ਉਹ ਪੈਸੇ ਵੰਡ ਰਹੇ ਨੇ ਮੁਹੱਲੇ ਦੇ ਵਿੱਚ। ਉਹ ਕਿਹੜੀ ਵਾਰਡ ਤੋਂ ਖੜੇ ਹੋਏ? ਉਹ ਵਾਰਡ ਨੰਬਰ 29 ਤੋਂ ਨੇ ਜੀ। ਅਤੇ ਮੈਂ ਉੱਥੇ ਉਸ ਟਾਈਮ ਜਦੋਂ ਦੇਖਿਆ ਉਹਦੇ ਵਿੱਚ ਹੀ ਮੈਂ ਫੋਨ ਕੀਤੇ, ਬਾਕੀ ਦੇ ਵੀ ਜਿੰਨੇ ਕੈਂਡੀਡੇਟ ਸੀ ਸਾਰੇ ਉੱਥੇ ਪਹੁੰਚੇ, ਅਤੇ ਸਾਨੂੰ ਵੇਖ ਕੇ ਇਹ ਸਾਰੇ ਉੱਥੋਂ ਉਸ ਟਾਈਮ ਦੌੜ ਗਏ। ਉਸ ਤੋਂ ਬਾਅਦ ਵਿੱਚ ਫਿਰ ਮੈਂ ਰਾਤੀ 'ਤੇ ਆ ਕੇ ਸੌ ਗਿਆ, ਅਤੇ ਜਦੋਂ ਮੈਂ ਸਵੇਰੇ 3 ਵਜੇ ਦੇ ਕਰੀਬ ਉੱਠਿਆ ਵਾਂ, ਬਾਥਰੂਮ ਵਗੈਰਾ ਕਰਨ ਗਿਆ ਵਾਂ, ਅਤੇ ਮੈਂ ਦੇਖਿਆ ਕਿ ਮੇਰੀ ਗਲੀ ਦੇ ਵਿੱਚ ਕੁਛ ਰੌਲਾ ਪੈ ਰਿਹਾ ਸੀ। ਮੈਂ ਦੇਖਿਆ ਤਾਂ ਨੀਚੇ ਅਨੀਸ਼ ਅਗਰਵਾਲ ਅਤੇ ਉਹਦੇ ਕੁਛ ਸਾਥੀ ਸਨ, ਅਤੇ ਜਦੋਂ ਮੈਂ ਨੀਚੇ ਆ ਕੇ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਇਹਦਾ ਕੀ ਕਰਨ ਆਏ ਹੋ, ਅਤੇ ਉਹਨਾਂ ਨੇ ਮੇਰੇ ਉੱਤੇ ਉਸ ਟਾਈਮ ਹਮਲਾ ਕਰਤਾ। ਪਰ ਮੈਨੂੰ ਇਹ ਪੂਰਾ ਅੰਦੇਸ਼ਾ ਕਿ ਉਹ ਰਾਤੀ ਵੀ ਉਸ ਟਾਈਮ ਪੈਸੇ ਹੀ ਵੰਡਣ ਆਏ ਸੀ, ਕਿਉਂਕਿ ਇਹ ਹਰ ਇੱਕ ਬੰਦੇ ਜੋ ਸਾਨੂੰ ਸੁਣਨ 'ਚ ਆ ਰਿਹਾ ਵਾ ਕਿ 2000 ਰੁਪਈਆ ਦੇ ਕੇ ਵੋਟ ਖਰੀਦ ਰਹੇ ਨੇ, ਔਰ ਇਹਨਾਂ ਨੇ ਮੈਨੂੰ ਵੀ ਪਹਿਲਾਂ ਔਫਰਾਂ ਕੀਤੀਆਂ ਕਿ ਹਾਂ ਵੀ ਤੁਸੀਂ ਪੈਸੇ ਲੈ ਲਓ, ਤੁਸੀਂ ਬੈਠ ਜਾਓ, ਮੇਰੇ ਘਰ ਵੀ ਆਏ, ਮੇਰੇ ਪਿਤਾ ਜੀ ਕੋਲ ਵੀ ਆਏ। ਪਰ ਜਦੋਂ ਮੈਂ ਇਸ ਚੀਜ਼ ਤੋਂ ਮਨ੍ਹਾ ਕੀਤਾ ਕਿ ਨਹੀਂ, ਮੈਂ ਇਹ ਪੈਸੇ ਲੈਣ ਵਾਸਤੇ ਨਹੀਂ ਲੜ ਰਿਹਾ, ਮੈਂ ਤਾਂ ਆਪਣੇ ਮੁਹੱਲੇ ਦੀ ਸੇਵਾ ਕਰਨ ਵਾਸਤੇ ਲੜਾਂਗਾ, ਪਰ ਇਹਨਾਂ ਨੇ ਰਾਤੀ ਮੇਰੇ 'ਤੇ ਹਮਲਾ ਕਰਤਾ। ਉਸ ਟਾਈਮ ਹੁਣ ਮੇਰੀ ਪ੍ਰਸ਼ਾਸਨ ਦੇ ਅੱਗੇ ਇਹ ਮੰਗ ਹੈਗੀ ਹੈ ਕਿ ਦੇਖੋ, ਅਗਰ ਇੱਕ ਕੋਈ ਕੈਂਡੀਡੇਟ ਵੀ ਸੇਫ ਨਹੀਂ ਹੈਗਾ, ਤਾਂ ਹੋਰ ਕੌਣ ਸੇਫ ਹੋਏਗਾ ਮੁਹੱਲੇ ਦੇ ਵਿੱਚ? ਅਸੀਂ ਜਿਹੜੇ ਆਜ਼ਾਦ ਉਮੀਦਵਾਰ ਨੇ ਸ਼ਿਲਪੀ ਅਗਰਵਾਲ ਜੀ, ਉਹਨਾਂ ਨਾਲ ਵੀ ਗੱਲ ਕਰਦੇ ਹਾਂ ਵੀ ਕੀ ਸਾਰੀ ਗੱਲਬਾਤ, ਉਹਨਾਂ ਕੀ ਵੇਖਿਆ? ਹਾਂਜੀ ਜੀ, ਬਿਲਕੁਲ ਸਹੀ ਕਿਹਾ ਇਹਨਾਂ ਨੇ ਸਾਰੀ ਗੱਲ। ਨਾਲੇ ਜਾਂਦੇ ਹੋਏ ਸਾਨੂੰ ਧਮਕੀ ਦੇ ਕੇ ਗਏ ਕਿ ਸਵੇਰੇ ਅਸੀਂ 200 ਬੰਦੇ ਲੈ ਕੇ ਆਵਾਂਗੇ, ਤੁਸੀਂ ਜੋ ਕਰ ਸਕਦੇ ਹੋ ਕਰ ਲੈਣਾ। ਕਿੰਨੇ ਧਮਕੀ ਦਿੱਤੀ ਤੁਹਾਨੂੰ? ਅਨੀਸ਼ ਜੀ ਨੇ, ਉਹ ਕਹਿੰਦੇ ਸਵੇਰੇ 200 ਬੰਦੇ ਲੈ ਕੇ ਆਵਾਂਗੇ ਅਸੀਂ। ਉਹ ਜਦੋਂ ਕਿ ਲੜਾਈ ਹੋ ਰਹੀ ਸੀਗੀ, ਹੱਥੋਂ ਪਾਈ ਹੋ ਰਹੀ ਸੀ, ਉਹ ਗਲੀ 'ਚੋਂ ਬਾਹਰ ਨਿਕਲ ਰਹੇ ਸੀ। ਮੈਂ ਨਹੀਂ ਸੀ ਜਾਣਦੀ ਕਿ ਉਹ ਵਾਕਿਆ 'ਚ ਅਨੀਸ਼ ਹੈ ਜਾਂ ਉਹਨਾਂ ਦਾ ਕੋਈ ਬੰਦਾ ਹੈ, ਅਤੇ ਬਾਈ ਫੇਸ ਨਹੀਂ ਸੀ ਮੈਂ ਜਾਣਦੀ। ਅਤੇ ਮੁੜ ਕੇ ਮੈਂ ਉਹਨਾਂ ਨੂੰ ਆਵਾਜ਼ ਮਾਰੀ, ਮੈਂ ਕਿਹਾ ਤੁਸੀਂ ਕੌਣ ਹੋ ਕਿ ਤੁਸੀਂ ਗਲੀ 'ਚੋਂ ਬਾਹਰ ਕਿਉਂ ਜਾ ਰਹੇ ਹੋ, ਤੁਸੀਂ ਇਹਨਾਂ ਦੇ ਨਾਲ ਹੋ ਤਾਂ ਰੁਕੋ। ਉਹ ਮੇਰੀ ਆਵਾਜ਼ ਦੇਣ 'ਤੇ ਰੁਕੇ, ਨਹੀਂ ਤਾਂ ਉਹ ਨਿਕਲਦੇ ਪਏ ਸੀ ਵਾਪਸ। ਰਾਤੀ ਜੀ ਅਸੀਂ ਬਸ ਉੱਠੇ ਹਾਂ, ਦੇਖਿਆ ਵੀ ਕੌਣ ਹੈ, ਸਾਡਾ ਹੱਕ ਹੈ, ਅਸੀਂ ਕੈਂਡੀਡੇਟ ਹੈ ਕਿ ਗਲੀ 'ਚ ਸਾਡੇ ਮੁਹੱਲੇ 'ਚ ਕੌਣ ਆ ਰਿਹਾ। ਅਸੀਂ ਦੇਖਿਆ, ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਸ ਟਾਈਮ ਸਾਡੇ ਵਾਰਡ 'ਚ ਗਲੀ 'ਚ ਕੀ ਕਰ ਰਹੇ ਹੋ, ਅਤੇ ਉਹਨਾਂ ਨੇ ਨਾਲ ਹੀ ਉਹਨਾਂ ਦਾ ਇੱਕ ਬੰਦਾ ਸੀ, ਉਹਨਾਂ ਨੇ ਪਿੱਛੋਂ ਧਰਨੀ ਸ਼ੁਰੂ ਕਰਤੀ, ਉਹਨਾਂ ਨੇ ਪਿੱਛੋਂ ਕੁੱਟਿਆ, ਅਤੇ ਅਸੀਂ ਲੇਡੀਜ਼ ਨੇ ਬੰਨੇ ਤੋਂ ਖੜੇ ਹੋ ਕੇ ਚਿੱਕਾਂ ਮਾਰੀਆਂ, ਜਿਹਦੇ ਨਾਲ ਸਾਰੀ ਗਲੀ ਉੱਠ ਗਈ। ਉਹ ਸਾਰੇ ਬਾਹਰ ਆਏ, ਉਹਨਾਂ ਨੇ ਦੇਖਿਆ ਵੀ ਕੀ ਹੋਇਆ। ਤੁਸੀਂ ਸੁਣੀ ਸਾਰੀ ਗੱਲਬਾਤ ਇਹਨਾਂ ਕੋਲ ਵੀ ਕਿੱਦਾਂ ਕੈਂਡੀਡੇਟ ਆਉਂਦੇ ਨੇ, ਇਹਨਾਂ ਨੂੰ ਕੁੱਟ ਮਾਰ ਕੇ ਚੱਲ ਜਾਂਦੇ। ਆਪਾਂ ਮੁਹੱਲਾ ਵਾਸੀਆਂ ਨਾਲ ਵੀ ਗੱਲ ਕਰਦੇ ਹਾਂ ਵੀ ਕੀ ਕਹਿੰਦੇ ਨੇ ਉਹ। ਇੱਕ ਮਿੰਟ ਅੱਡੀ ਜੀ ਆਇਓ। ਅਸੀਂ ਭਾਈ ਸਾਹਿਬ ਪਹਿਲਾਂ ਮਤਲਬ ਸੁੱਤੇ ਹੋਏ ਸੀ ਅੰਦਰਾਂ 'ਚ ਸਾਰੇ ਜਣੇ, ਅਤੇ 3 ਵਜੇ ਜਦੋਂ ਇਹਨਾਂ ਦੀ ਆਵਾਜ਼ ਇਕਦਮ ਬਹੁਤ ਜ਼ੋਰ ਦੀ ਆਈ ਦੀਆਂ, ਸ਼ਿਲਪੀ ਦੀਆਂ ਸਾਨੂੰ ਆਵਾਜ਼ਾਂ ਆਈਆਂ ਨੇ, ਹੋਰ ਕਿਸੇ ਦੀ ਆਵਾਜ਼ ਨਹੀਂ ਸੀ ਉਸ ਲਈ, ਬਹੁਤ ਜ਼ਿਆਦਾ ਰੋ ਰਹੀ ਸੀ। ਅਸੀਂ ਸਮਝਿਆ ਸ਼ਾਇਦ ਗਲੀ 'ਚ ਕੋਈ ਵਾਰਦਾਤ, ਮਤਲਬ ਵੈਸੇ ਹੋ ਗਈ ਆਪਣੇ ਘਰ 'ਚ ਕਿਸੇ ਦੇ ਗੱਲਬਾਤ। ਅਸੀਂ ਤਾਂ ਉੱਠੇ, ਮੈਂ ਆਪਣੇ ਹਸਬੈਂਡ ਨੂੰ ਉਠਾਇਆ, ਅਸੀਂ ਬਾਹਰ ਆਏ ਹਾਂ, ਪਰ ਉਦੋਂ ਇਹਨਾਂ ਦੀ ਆਪਸ 'ਚ ਬੋਲਾ ਚਾਲੀ ਹੋ ਰਹੀ ਸੀ, ਹੋਰ ਕੋਈ ਗੱਲ ਨਹੀਂ ਅਸੀਂ ਵੇਖੀ। ਇਸ ਤੋਂ ਇਲਾਵਾ ਪਹਿਲੋਂ ਇਹਨਾਂ ਦਾ ਹੋ ਗਿਆ ਸੀ ਕੰਮ, ਜੋ ਵੀ ਹੋਣਾ ਸੀ। ਕੌਣ ਲੋਕ ਸੀ, ਕੌਣ ਆਏ? ਨਾ ਨਾ, ਮੈਂ ਨਹੀਂ ਪਹਿਚਾਣਦੇ, ਦੇਖੋ ਅਸੀਂ ਸੁੱਤੇ ਪਏ, ਸਾਨੂੰ ਨਹੀਂ ਪਤਾ ਕੌਣ ਆਇਆ ਕੌਣ ਨਹੀਂ। ਜੀ ਠੀਕ ਹੈ, ਰਾਤੀ 3 ਵਜੇ ਦਾ ਟਾਈਮ ਸੀਗਾ, ਲੋਕ ਸਾਰੇ ਸੁੱਤੇ ਸਨ ਅਤੇ ਸੁੱਤੇ ਪਿਆ ਇਹ ਕੰਮ ਹੋਇਆ। ਚਲੋ ਕਿਸੇ ਨੂੰ ਨਹੀਂ ਪਤਾ ਲੱਗਾ ਵੀ ਕੌਣ ਆਏ ਕੌਣ ਨਹੀਂ, ਲੇਕਿਨ ਇਹਨਾਂ ਦਾ ਕਹਿਣਾ ਹੈ ਵੀ ਅਨੀਸ਼ ਅਗਰਵਾਲ ਜੀ ਜਿਹੜੇ ਨੇ ਉਹ ਉਮੀਦਵਾਰ ਨੇ ਕਾਂਗਰਸ ਦੇ, ਉਹ ਆਏ ਸੀ, ਉਹਨਾਂ ਨੇ ਸਾਰੀ ਜਿਹੜੀ ਕੁੱਟਮਾਰ ਕੀਤੀ ਹੈ। ਅਤੇ ਚਲੋ ਇਹ ਗੱਲ ਚੰਗੀ ਤਾਂ ਨਹੀਂ ਹੈਗੀ, ਨਗਰ ਨਿਗਮ ਚੋਣਾਂ ਚੱਲ ਰਹੀਆਂ ਨੇ, ਉੱਥੇ ਲੜਾਈ ਝਗੜੇ ਹੋ ਰਹੇ ਨੇ, ਗੋਲੀਆਂ ਚੱਲ ਰਹੀਆਂ। ਪ੍ਰਸ਼ਾਸਨ ਵੀ ਚਾਹੀਦਾ ਵੀ ਕਿਤੇ ਅਹਤਿਆਤ ਵਰਤਣ, ਅਤੇ ਆਪਣੀ ਸੁਰੱਖਿਆ ਦੇ ਜਿਹੜੇ ਮੁਹੱਲੇ ਵਾਸੀਆਂ ਦੀ ਸੁਰੱਖਿਆ ਹੈ ਉਹ ਕੜੇ ਪ੍ਰਬੰਧ ਕੀਤੇ ਜਾਣ।
इल्जाम बिल्कुल झूठा जी। अही सवेरे 5:15 दे लागे सोनिया शर्मा साड़ी महिला मंडल की प्रधान उहदे घर अपने इलैक्शन के प्रति जानकारी लैन गए सी, क्योंकि हर इलाके विच अही साडे लोग बैठे आ जिते कोलो अही कंपेनिंग करके टाइम टू टाइम जानकारी नहीं लै सकते। असी चोण जाबता जिहड़ी कल शामी 5 बजे खत्म हुई है, उस तों बाद अही ज़्यादा जानकारियां इकट्ठियां करन डे ही इलैक्शन की स्थिति साडे प्रति की है। उहदे च प्रति सारा अही इह समझे हाँ कि बई साडी जी सीट जिहड़ी आ 100 चों 1000% जीती दी आ, पर आ जिहड़ा विकास शर्मा उहदे घर दे बिल्कुल ही सामने रहिंदा सी, इह मुड़ के घरों बाहर निकलिया जदों अही बाहर आए आ ते इह सानूं हत्थी पै गया वा। असी उत्थों अपनी जान बचा के ते दौड़ के आए हाँ जिस महला निवासी भी कुछ खप सुन के उत्ते इकट्ठे हुए आ। मैं गल कहना चाहांगा कि यह जिहड़ियां आजाद लोग खड़े हुंदे आ आजाद लोग खास करके विकास शर्मा इहदी कैटागरी चैक करो, एक वड्डा ब्लैकमेलर आ, यह ब्लैकमेलिंग करके ही इकट्ठा होया वा, इलैक्शन खड़ा होया वा, ना इहदा ना कोई आधार है ना कुछ आ। मैनूं नहीं लगता कि यह अपने इहनूं सारे इलैक्शन लड़न की जाच भी आ। अज मैनूं मैं गरंटी नाल गल कह सकदा कि इहदे कोल सारे बूथां दी लिस्टां भी हैगियां, यह सिर्फ एक समझो पैसे दे मसले च इकट्ठा होया, पर असी पिछले 6 साल तो सारे समाज का काम कर रहे हैं, सारे समाज को पता, सारे बटाले को पता, सारे प्रशासन को पता। जेकर अं इलैक्शन पैसे वंड रहे होंगे तो अं फिर पिछले 6 साल तो काम ना करते, अं सिर्फ इलैक्शन वाले दिन ही पैसे वंडते तो जित के घर बह जाते। यह सारा साडा झूठा प्रचार है, क्योंकि साडी सीट जिहड़ी है अज्ज सारी प्रेस नूं, सारे शहर नूं, सारे साडी वार्ड नूं भी पता कि अं घर बैठे जिते हाँ। यह लोग एक ढकौंसला बना के ते अपना हुण साडे नाल गुंडागर्दी ते उतर आए आ, जिहदे मैं प्रशासन को मंग करना कि साडी रक्षा भी की जाए, क्योंकि साडी सानू इहनां कोल जान दा बड़ा खतरा वा। साडा रिकॉर्ड चैक किया जाए कि साडी अज तक साडे ते किहड़ा परचा होया पुराने 50 सालां च, जां असीं अज तक बटाले च किहदे नाल लड़े हां, इह सब कुछ असरीयत पब्लिक आने वाले टाइम दसेगी। कोई विकास अग्रवालों ਤੁਹਾਡੇ ਨਾਲ ਕੋਈ ਪੁਰਾਣੀ ਰੰਜਿਸ਼ ਨੂੰ ਲੈ ਕੇ ਤਾਂ ਨਹੀਂ ਇਲੈਕਸ਼ਨਾਂ 'ਤੇ ਖੜਾ ਹੋਇਆ ਗਿਆ? ਨਹੀਂ ਜੀ, ਵਿਕਾਸ ਅਗਰਵਾਲ ਨਾਲ ਮੇਰੀ ਉਸ ਤਰ੍ਹਾਂ ਕੋਈ ਪੁਰਾਣੀ ਰੰਜਿਸ਼ ਨਹੀਂ, ਮੇਰਾ ਐਜ਼ ਏ ਬਰਾਦਰੀ ਭਰਾ ਵੀ ਆ ਅਤੇ, ਬਟ ਹੋ ਸਕਦਾ ਕਿ ਉਹਦੇ ਮਨ ਵਿੱਚ ਜਿਹੜਾ ਇਲੈਕਸ਼ਨ ਦੇ ਪ੍ਰਤੀ ਸ਼ੌਂਕ ਹੋਏ, ਜਾਂ ਜਿਹੜੀ ਮੈਂ ਗੱਲ ਕੀਤੀ ਹੈ ਕਿ ਬਈ ਆਪਾਂ ਖੜ੍ਹੇ ਹੋਏ ਨੇ ਤਾਂ ਮੁੜ ਕੇ ਪੈਸੇ ਲੈ ਕੇ ਬਹਿ ਜਾਂਗੇ, ਇਹੋ ਜਿਹਾ ਵਿਚਾਰ ਹੋਏ, ਮੇਰੀ ਆ ਇਹਦੇ ਪ੍ਰਤੀ ਕੋਈ ਸੋਚ ਨਹੀਂ, ਉਹਦੀ ਸੋਚ ਹੋ ਸਕਦੀ ਹੈ। ਪਰ ਹੁਣ ਮੈਨੂੰ ਇਦਾਂ ਲੱਗਦਾ।